ਇਸੇ ਕਰਕੇ ਹੀ ਤਾਂ ਸਾਡੇ ਵਿੱਚ ਏਜੰਸੀਆਂ ਵੜ ਗਈਆਂ ਵਾ। ਕਿਸੇ ਨੇ ਲਾ ਏਜੰਸੀ ਨੇ ਲਵਾ ਦਿੱਤਾ ਵਾ ਮੋਰਚਾ ਅੰਮ੍ਰਿਤਸਰ ਦੇ ਵਿੱਚ, ਕਿਸੇ ਨੇ ਮੋਰਚਾ ਲਵਾ ਦਿੱਤਾ ਜੀ ਸ਼ੰਭੂ ਬਾਰਡਰ ਤੇ, ਕਿਸੇ ਨੇ ਖਨੌਰੀ ਬਾਰਡਰ ਤੇ ਲਵਾ ਦਿੱਤਾ। ਇਹ ਹੀ ਤਾਂ ਅਸੀਂ ਕੌਮ ਨੇ ਵੇਖਣਾ ਸੀ। ਇਸ ਕੌਮੀ ਲੋਕ ਇਨਸਾਫ ਦੇ ਉੱਤੇ ਬੈਠੇ ਹੁੰਦੇ ਅੱਜ ਕਿਸਾਨਾਂ ਦੀਆਂ ਵੀ ਸਾਰੀਆਂ ਮੰਗਾਂ ਪੂਰੀਆਂ ਹੋਣੀਆਂ ਸੀ, ਤੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਸੀ ਉਹਨਾਂ ਨੂੰ ਵੀ ਰਿਹਾਅ ਕਰਕੇ ਚਾਹੇ ਕਿਸ ਤਰ੍ਹਾਂ ਵੀ ਬਦਲੀ ਕਰਕੇ ਪੰਜਾਬ ਦੀਆਂ ਜੇਲ੍ਹਾਂ 'ਚ ਲੈ ਆਉਣਾ ਸੀ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ। ਧੰਨਵਾਦ ਆ ਜੀ। ਖਾਲਸਾ ਜੀ, ਜਿਸ ਤਰ੍ਹਾਂ ਕੌਮੀ ਇਨਸਾਫ਼ ਮੋਰਚਾ ਚੰਡੀਗੜ੍ਹ ਦੇ ਵਿੱਚ ਤੁਸੀਂ 1.5 ਸਾਲ ਤੋਂ ਲਗਾ ਕੇ ਉੱਥੇ ਬੈਠੇ ਹੋ, ਹਾਂਜੀ, ਹੁਣ ਦੂਜੇ ਪਾਸੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਭਾਈ ਅੰਮ੍ਰਿਤਪਾਲ ਨੂੰ ਲੈ ਕੇ ਧਰਨਾ ਜਿਹੜਾ ਉੱਥੇ ਲੱਗਿਆ ਹੋਇਆ ਹੈ, ਹਾਂਜੀ, ਤੁਹਾਡਾ ਕੀ ਕਹਿਣਾ ਹੈ? ਸਾਡਾ ਇਹ ਹੀ ਕਹਿਣਾ ਜੀ, ਜੇ ਸਾਡੀ ਅੱਜ ਕੌਮ ਦੀ ਜਥੇਬੰਦੀਆਂ ਦੀ ਕੱਤਰਤਾਈ ਹੋਵੇ ਤੇ ਕੋਈ ਇੰਨਾ ਲੰਮਾ ਮੋਰਚਾ ਹੋ ਹੀ ਨਹੀਂ ਸੀ ਸਕਦਾ। ਇਹ ਵਿੱਚ ਜਿਹੜੇ ਕੌਮ ਦੇ ਆਗੂ ਆ, ਜਿਹੜੀ ਕੌਮ ਨੂੰ ਜਿਨ੍ਹਾਂ ਨੇ ਸੇਧ ਦੇਣੀ ਸੀ, ਉਹਨਾਂ ਦੀ ਕਮਜ਼ੋਰੀ ਕਰਕੇ ਅੱਜ ਜਿਹੜਾ ਇੱਥੋਂ ਤੱਕ ਤੇ ਜਿਹੜੀ ਸਾਡੇ ਪੰਜਾਬ ਦਾ ਮੁੱਖ ਮੰਤਰੀ ਨੇ ਇਸ ਥਾਂ ਤੇ ਹੀ ਜਿਵੇਂ ਪੰਜਾਬ ਦੇ ਵਿੱਚ ਹੀ ਬੜੀਆਂ ਬੜੀਆਂ ਵੱਡੀਆਂ ਜੇਲ੍ਹਾਂ ਬਣਾਈਆਂ ਸੀ, ਜਿਵੇਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਣਾਂ ਨੂੰ ਭੇਜ ਦਿੱਤਾ ਵਾ, ਨਹੀਂ ਭੇਜਣਾ ਚਾਹੀਦਾ ਸੀ, ਇਹ ਬਹੁਤ ਸਾਡੇ ਨਾਲ ਧੱਕਾ ਹੋਇਆ ਵਾ। ਹਾਂਜੀ, ਤੇ ਖਾਲਸਾ ਜੀ, ਜਿਸ ਤਰ੍ਹਾਂ ਤੁਸੀਂ ਮੋਰਚੇ ਤੇ ਬੈਠੇ ਹੋ, ਹਾਂਜੀ, ਤੁਸੀਂ ਇੱਥੇ ਚੰਡੀਗੜ੍ਹ ਮੋਰਚੇ ਤੇ ਬੈਠੇ ਹੋ ਤੇ ਇੱਕ ਪਾਸੇ ਜਿਹੜੇ ਜਥੇਬੰਦੀਆਂ ਬੈਠੀਆਂ ਨੇ ਅੰਮ੍ਰਿਤਸਰ ਦੇ ਵਿੱਚ, ਜੀ, ਕੀ ਮੋਰਚਾ ਇਕੱਠਾ ਲਗਾਉਣ ਦੇ ਨਾਲ ਕੌਮ ਨੂੰ ਪ੍ਰਾਪਤੀ ਨਹੀਂ ਹੋਣੀ ਸੀ? ਹੋਣੀ ਸੀ ਜੀ, ਹੋਣੀ ਇਕੱਠਿਆਂ ਲਾ ਕੇ ਹੋਣੀ ਸੀ। ਇਸੇ ਕਰਕੇ ਹੀ ਤਾਂ ਸਾਡੇ ਵਿੱਚ ਏਜੰਸੀਆਂ ਵੜ ਗਈਆਂ ਵਾ। ਕਿਸੇ ਨੇ ਲਾ ਏਜੰਸੀ ਨੇ ਲਵਾ ਦਿੱਤਾ ਵਾ ਮੋਰਚਾ ਅੰਮ੍ਰਿਤਸਰ ਦੇ ਵਿੱਚ, ਕਿਸੇ ਨੇ ਮੋਰਚਾ ਲਵਾ ਦਿੱਤਾ ਜੀ ਸ਼ੰਭੂ ਬਾਰਡਰ ਤੇ, ਕਿਸੇ ਨੇ ਖਨੌਰੀ ਬਾਰਡਰ ਤੇ ਲਵਾ ਦਿੱਤਾ। ਇਹ ਹੀ ਤਾਂ ਅਸੀਂ ਕੌਮ ਨੇ ਵੇਖਣਾ ਸੀ, ਕੌਮ ਦੇ ਆਗੂਆਂ ਨੇ, ਵੀ ਸਾਨੂੰ ਤਿੰਨਾਂ ਚੋਹਾਂ ਹਿੱਸਿਆਂ 'ਚ ਪਾੜਿਆ ਗਿਆ ਵਾ, ਸਾਡੀ ਕੌਮ ਦੇ ਮੋਰਚੇ ਢਿੱਲੇ ਕਰਨ ਵਾਸਤੇ ਹੀ ਤਾਂ ਏਜੰਸੀਆਂ ਨੇ ਜੀ। ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਮੋਰਚਾ 3 ਜਗ੍ਹਾ ਵੰਡਿਆ ਗਿਆ। ਹਾਂਜੀ, ਇੱਕ ਹੋ ਗਿਆ ਕਿਸਾਨ ਜਥੇਬੰਦੀਆਂ ਦਾ ਜਿਹੜਾ ਖਨੌਰੀ ਸ਼ੰਭੂ ਬਾਰਡਰ ਤੇ ਲੱਗਿਆ, ਹਾਂਜੀ, ਦੂਜਾ ਜਿਹੜਾ ਤੁਹਾਡਾ ਮੋਰਚਾ 1.5 ਸਾਲ ਤੋਂ ਪੁਰਾਣਾ ਲੱਗਿਆ ਚੰਡੀਗੜ੍ਹ ਦੇ ਵਿੱਚ, ਦੋ, ਹਾਂਜੀ, ਤੇ ਤੀਜਾ ਅੰਮ੍ਰਿਤਸਰ ਦੇ ਵਿੱਚ ਲਵਾ ਦਿੱਤਾ ਗਿਆ। ਆ ਦਿੱਤਾ, ਇਹ ਕਿਹੜੇ ਲੋਕਾਂ ਦੀਆਂ ਸਾਜ਼ਿਸ਼ਾਂ ਹੈਗੀਆਂ ਨੇ? ਇਹ ਜੀ ਜਿਹੜੀਆਂ ਸਾਡੀ ਸਰਕਾਰ ਦੇ ਵਿੱਚ ਬੜੀਆਂ ਬੜੀਆਂ ਏਜੰਸੀਆਂ ਇਹੋ ਜਿਹੀਆਂ ਕੰਮ ਕਰ ਰਹੀਆਂ ਵਾ ਨਾ, ਉਹਨਾਂ ਨੇ ਸਾਡੇ ਜਿਹੜੇ ਕੌਮ ਦੇ ਆਗੂ ਆ ਉਹਨਾਂ ਨੂੰ ਗੁੰਮਰਾਹ ਕਰ ਲਿਆ ਵਾ, ਉਹਨਾਂ ਨੂੰ ਲਾਲਚ ਦੇ ਦਿੱਤੇ ਮੰਤਰੀ ਬਣਾਉਣ ਦੇ, ਉਹ ਇਸੇ ਤਰ੍ਹਾਂ ਹੀ ਕੌਮਾਂ ਦੀਆਂ ਵੰਡੀਆਂ ਪਾ ਕੇ ਕੋਈ ਖਨੌਰੀ ਬਾਰਡਰ ਤੇ ਲੈ ਗਏ ਸਾਡੇ ਹਿੱਸਾ ਕਰਕੇ, ਕੋਈ ਅੰਮ੍ਰਿਤਸਰ ਦੇ ਵਿੱਚ ਬਹਾਤਾ ਵਾ, ਕਿਸੇ ਨੂੰ ਸ਼ੰਭੂ ਬਾਰਡਰ ਤੇ ਬਹਾਤਾ। ਜੇ ਇਹ ਹੀ ਨਿਸ਼ਾਨ ਇਸ ਕੌਮੀ ਲੋਕ ਇਨਸਾਫ ਦੇ ਉੱਤੇ ਬੈਠੇ ਹੁੰਦੇ ਅੱਜ ਕਿਸਾਨਾਂ ਦੀਆਂ ਵੀ ਸਾਰੀਆਂ ਮੰਗਾਂ ਪੂਰੀਆਂ ਹੋਣੀਆਂ ਸੀ, ਤੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਸੀ ਉਹਨਾਂ ਨੂੰ ਵੀ ਰਿਹਾਅ ਕਰਕੇ ਚਾਹੇ ਕਿਸ ਤਰ੍ਹਾਂ ਵੀ ਬਦਲੀ ਕਰਕੇ ਪੰਜਾਬ ਦੀਆਂ ਜੇਲ੍ਹਾਂ 'ਚ ਲੈ ਆਉਣਾ ਸੀ। ਜਿਵੇਂ ਸਾਡੇ ਪਿਛਲੇ ਲੰਮੇ ਸਮੇਂ ਤੋਂ ਭਾਈ ਸਾਹਿਬ ਜਗਤਾਰ ਸਿੰਘ ਵਾਰਾ, ਭਾਈ ਬਲਵਿੰਦਰ ਸਿੰਘ ਰਾਜੋਵਾਲਾ, ਉਸ ਟਾਈਮ ਤੇ ਗੁਰਮੁਖੋ ਪਿਆਰਿਓ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਉਹ ਯੋਧੇ ਅੱਜ ਲੰਮੀਆਂ ਸਜਾਵਾਂ ਭੋਗ ਕੇ ਫੇਰ ਵੀ ਜੇਲ੍ਹਾਂ ਦੇ ਵਿੱਚ ਕੌਮ ਤੋਂ ਆਸ ਕਰੀ ਖੜੇ ਆ, ਸਾਡੇ ਅਕਾਲ ਤਖ਼ਤ ਸਾਹਿਬ ਦੇ ਆਗੂਆਂ ਤੋਂ ਆਸ ਕਰੀ ਖੜੇ ਆ, ਤੇ ਜਿਹੜੇ ਕੌਮ ਦੇ ਆਗੂ ਆ ਉਹ ਸਹੀ ਧਿਆਨ ਦੇ ਨਾਲ ਉਹ ਇਹ ਮੋਰਚੇ ਦੀਆਂ ਅਗਵਾਈ ਨਹੀਂ ਕਰਦੇ ਕਰਕੇ ਜਿਹੜਾ ਮੋਰਚਾ ਲੰਮਾ ਹੋਇਆ ਜੀ। ਖਾਲਸਾ ਜੀ, ਤੁਸੀਂ ਪਿਛਲੇ ਸਮੇਂ ਦੇ ਵਿੱਚ ਬਰਗਾੜੀ ਦੇ ਵਿੱਚ ਲੰਬਾ ਮੋਰਚਾ ਚੱਲਿਆ ਸੀਗਾ, ਹਾਂਜੀ, ਉਸ ਤੋਂ ਪਹਿਲਾਂ ਸਰਬੱਤ ਖਾਲਸਾ ਹੋਇਆ ਸੀਗਾ ਜੀ,
ਜਿਹੜਾ ਚੱਬੇ ਦੀ ਧਰਤੀ ਦੇ ਜੀ ਬਹੁਤ ਮੋਰਚੇ ਲੱਗੇ ਐ, ਹਾਂ ਜੀ, ਤੇ ਇਹ ਮੋਰਚਿਆਂ ਨੂੰ ਕਿਵੇਂ ਵੇਖਦੇ ਹੋ ਤੁਸੀਂ? ਅਸੀਂ ਉਹਨੇ ਜੀ ਜਿਵੇਂ 12 ਲੱਖ 10 ਲੱਖ ਬੰਦੇ ਨੇ ਚੁਣਿਆ ਸੀ ਭਾਈ ਜਗਤਾਰ ਸਿੰਘ ਹੁਹਾਰਾ ਨੂੰ, ਜੀ ਉਹਨਾਂ ਲੋਕਾਂ ਦੇ ਵਿੱਚੋਂ ਹੁਣ ਸਾਨੂੰ ਕੋਈ ਵੀ ਬੰਦਾ ਇਸ ਤਰ੍ਹਾਂ ਦਾ ਆਗੂ ਨਜ਼ਰ ਨਹੀਂ ਆਉਂਦਾ। ਉਹ ਬੰਦੇ ਪਤਾ ਨਹੀਂ ਕਿਹੜੀ ਗੂੜੀ ਨੀਂਦ ਸੌਂ ਗਏ ਆ। ਉਹ ਜਿਹੜੇ ਕਹਿੰਦੇ ਸੀ ਅਸੀਂ ਭਾਈ ਜਗਤਾਰ ਸਿੰਘ ਹੁਹਾਰਾ ਨੂੰ ਅਸੀਂ ਕੌਮ ਦਾ ਜਥੇਦਾਰ ਮੰਨ ਲਿਆ, ਉਹਨਾਂ ਨੂੰ ਅਸੀਂ ਇਸ ਕੌਮੀ ਲੋਕ ਇਨਸਾਫ਼ ਮੋਰਚੇ ਤੋਂ ਬੇਨਤੀ ਕਰਨੀ ਚਾਹੁੰਦੇ ਹਾਂ, ਜੇ ਕਿਸੇ ਗੂੜੀ ਨੀਂਦ ਦੇ ਵਿੱਚ ਸੁੱਤੇ ਹੋ ਤੇ ਉਹ ਇਸ ਮੋਰਚੇ ਦੀ ਆਣ ਕੇ ਗਵਾਹੀ ਕਰਨ ਤੇ ਮੋਰਚੇ ਨੂੰ ਚੜ੍ਹਦੀ ਕਲਾ ਵੱਲ ਲਿਜਾਣ ਤੇ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨ। ਜਿਹੜੇ ਬੰਦੀ ਸਿੰਘ ਆ ਉਹਨਾਂ ਦਾ ਕੋਈ ਨਿੱਜੀ ਮਾਮਲਾ ਨਹੀਂ ਸੀ, ਉਹਨਾਂ ਦਾ ਇਹ ਹੀ ਮਾਮਲਾ ਸੀ ਜੀ ਸਾਡੀ ਕੌਮ ਨਾਲ ਧੱਕਾ ਹੋ ਰਿਹਾ, ਸਾਡੇ ਜੀ ਅਕਾਲ ਤਖ਼ਤ ਸਾਹਿਬ ਤੇ ਗੋਲੀ ਚੱਲ ਗਈ ਆ, ਸਾਡੇ ਜਿਹੜੀਆਂ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਸ਼ਿਕਾਰ ਕਰੀ ਜਾਂਦੀ ਸਰਕਾਰ, ਉਹਨਾਂ ਨੇ ਇਹ ਧੱਕਾ ਨਾ ਸਹਾਰਦੇ ਹੋਇਆ ਕੁਰਬਾਨੀ ਕੀਤੀ ਜੀ। ਖਾਲਸਾ ਜੀ, ਜਿਹੜਾ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਸੀ, ਸੰਗਤਾਂ ਨੂੰ ਇਹ ਦੱਸੋ ਵੀ ਉੱਥੇ ਪ੍ਰਾਪਤੀ ਕੀ ਹੋਈ? ਬਗਰਾੜੀ ਵਾਲੇ ਦੇ ਵਿੱਚ ਇਹੀ ਪ੍ਰਾਪਤੀ ਹੋਈ ਆ ਜੀ, ਬਹੁਤ ਸਾਰਿਆਂ ਨੂੰ ਜਾਣਦੇ ਹੋ ਤੁਸੀਂ, ਜੀ ਜਿਹੜਾ ਵੱਡਾ ਜਦੋਂ ਪਹਿਲਾਂ ਤਾਂ ਕਹੀ ਗਏ ਕੌਮ ਨੂੰ ਵੀ ਅਸੀਂ ਬਗਰਾੜੀ ਕਾਂਡ ਦੇ ਵਿੱਚ 328 ਸਰੂਪਾਂ ਦਾ ਇਨਸਾਫ਼, ਬੰਦੀ ਸਿੰਘਾਂ ਦਾ ਇਨਸਾਫ਼ ਲੈ ਕੇ ਮੋਰਚੇ ਤੋਂ ਉੱਠਾਂਗੇ। ਗੁਰਮੁਖੋ ਇਹ ਜਿਹਨੂੰ ਆਂਦੇ ਆ ਮਾਇਆ ਹੋਈ ਨਾਗਣੀ ਜਗਤ ਰਹੀ ਲਵਟਾਏ, ਜੋ ਇਸ ਦੀ ਸੇਵਾ ਕਰੇ ਉਸੇ ਨੂੰ ਫਿਰ ਖਾਏ। ਇਹ ਜੀ ਗੁਰਮੁਖੋ ਪਿਆਰਿਓ ਮਾਇਆ ਦੀ ਲਪੇਟ ਦੇ ਵਿੱਚ ਸਾਡੇ ਆਗੂ ਆ ਗਏ, ਜਿਹਦੇ ਕਰਕੇ ਬਗਰਾੜੀ ਵਾਲੇ ਮੋਰਚੇ ਦਾ ਸਾਨੂੰ ਇਨਸਾਫ਼ ਨਹੀਂ ਮਿਲ ਸਕਿਆ ਜੀ ਤੇ ਖਾਲਸਾ ਜੀ, ਜਿਸ ਤਰ੍ਹਾਂ ਮੋਰਚਾ ਹੁਣ ਜਿਹੜਾ 1.5 ਸਾਲ ਤੋਂ ਤੁਸੀਂ ਲਗਾਇਆ ਹੈ ਚੰਡੀਗੜ੍ਹ ਦੇ ਵਿੱਚ ਕੌਮੀ ਇਨਸਾਫ਼ ਮੋਰਚਾ, ਹਾਂਜੀ। ਇੱਥੇ ਤੁਹਾਨੂੰ ਕੀ ਕੀ ਪ੍ਰਾਪਤੀ ਹੋਈ ਹੈ? ਇੱਥੇ ਹੀ ਜਿਵੇਂ ਭਾਈ ਸ਼ਮਸ਼ੇਰ ਸਿੰਘ ਆ, ਭਾਈ ਗੁਰਮੀਤ ਸਿੰਘ ਆ, ਭਾਈ ਗੁਰਵਿੰਦਰ ਸਿੰਘ, ਇਹਨਾਂ ਨੂੰ ਕੋਈ ਭਾਈ ਲਖਵਿੰਦਰ ਸਿੰਘ ਇਹਨਾਂ ਨੂੰ ਕੋਈ ਥੋੜੀ ਥੋੜੀ ਹਰਿਆਈ ਮਿਲੀ, ਉਹ ਵੀ ਹਰਿਆਈ ਇਸ ਤਰ੍ਹਾਂ ਦੀ ਕਰਕੇ ਪਰੌਲ ਮਿਲੀ ਆ ਵੀ ਪੱਕੀ ਕਰਕੇ ਸਾਨੂੰ ਹਜੇ ਵੀ ਜਿਵੇਂ ਉਹਨਾਂ ਨੂੰ ਪੱਕਾ ਰਿਹਾ ਕਰ ਦਿੱਤਾ ਹੋਵੇ, ਉਹ ਨਹੀਂ ਕੀਤਾ ਗਿਆ। ਹਜੇ ਸਰਕਾਰਾਂ ਵੇਖ ਰਹੀਆਂ ਵਾ ਜਿੰਨਾ ਚਿਰ ਸਾਡੀ ਕੌਮ ਦੀ ਪੂਰੀ ਏਕਤਾ ਨਹੀਂ ਹੁੰਦੀ ਉਹਨਾਂ ਚਿਰ ਥੋੜਾ ਥੋੜਾ ਜਿੰਨਾ ਕੁ ਸਾਡਾ ਮੋਰਚੇ ਦਾ ਅਸਰ ਹੁੰਦਾ ਬੈਠਿਆਂ ਦਾ, ਉਹਨਾਂ ਕੁ ਸਾਡਾ ਇਹ ਕੰਮ ਹੋਈ ਜਾਂਦਾ। ਹੋ ਸਕਦਾ ਇਹਨਾਂ ਦੀਆਂ ਪੱਕੀਆਂ ਰਿਹਾਈਆਂ ਹੀ ਹੋ ਜਾਣੀਆਂ ਸੀ ਜੇ ਸਾਰੀ ਕੌਮ ਇਸ ਮੋਰਚੇ ਦੇ ਉੱਤੇ ਸਾਥ ਦਿੰਦੀ। ਅੱਜ ਗੁਰਮੁਖੋ ਪਿਆਰਿਓ ਅਸੀਂ ਆਪਦੇ ਫਰਜ਼ ਨੂੰ ਭੁੱਲਦੇ ਜਾ ਰਹੇ ਹੋ। ਮੈਂ ਬੇਨਤੀ ਕਰਦਾ ਜਿੰਨੀਆਂ ਵੀ ਕੌਮ ਦੀਆਂ ਆਗੂ ਹਨ ਜਥੇਬੰਦੀਆਂ ਦੇ, ਉਹ ਵੀ ਇੱਧਰ ਧਿਆਨ ਦੇਣ ਮੋਰਚੇ ਵੱਲੀ, ਤੇ ਜਿੰਨੇ ਸਾਡੇ ਪਿੰਡਾਂ ਦੇ ਵਿੱਚ ਪੰਚਾਇਤਾਂ ਸਰੂਪ ਕਮੇਟੀਆਂ ਉਹ ਸਾਰੀਆਂ ਧਿਆਨ ਦੇਣ ਤੇ ਮੋਰਚਾ ਛੇਤੀ ਸਫਲ ਹੋ ਜਾਏਗਾ ਜੀ। ਜੀ ਤੇ ਖਾਲਸਾ ਜੀ, ਜਿਸ ਤਰ੍ਹਾਂ ਮੋਰਚਾ ਲੱਗਿਆ ਚੰਡੀਗੜ੍ਹ ਕੌਮੀ ਇਨਸਾਫ਼ ਮੋਰਚਾ, ਹਾਂ ਹੁਣ ਜੀ, ਇਹਦੇ ਵਿੱਚ ਕਿਹੜੀ ਕਿਹੜੀਆਂ ਜਥੇਬੰਦੀਆਂ ਤੁਹਾਡੇ ਸਹਿਯੋਗ ਕਰਦੀਆਂ? ਇਹਦੇ ਵਿੱਚ ਜੀ ਸਹਿਯੋਗ ਜਿਵੇਂ ਪਿੱਛੇ ਹੀ ਸਾਡੀ ਸਮੁੱਚੀ ਕਮੇਟੀ ਬਣੀ ਸੀ 31 ਮੈਂਬਰੀ, ਜੀ ਉਹਦੇ ਵਿੱਚ ਆਗੂਆਂ ਦੇ ਕਈ ਤਰ੍ਹਾਂ ਦੇ ਮਨਾਂ ਦੇ ਵਿੱਚ ਖਿਆਲ ਸੀ, ਜਿਹਦੇ ਜ਼ਰੀਏ ਭਾਈ ਜਗਤਾਰ ਸਿੰਘ ਹੁਹਾਰਾ ਦੇ ਬਾਪੂ ਗੁਰਚਰਨ ਸਿੰਘ ਜੀ ਸੀ ਜੀ ਉਹਨਾਂ ਦੇ ਨਾਲ ਜਿਹੜੀ 31 ਮੈਂਬਰੀ ਕਮੇਟੀ ਸੀ, ਉਹ ਜੀ ਕਈ ਇਹਨਾਂ ਦੇ ਮਤਭੇਦ ਹੋਣ ਦੇ ਨਾਲ ਉਹ ਫਿਰ ਆਪਦੇ ਘਰ ਦੇ ਵਿੱਚ ਜਾ ਕੇ ਬਹਿ ਗਏ ਆ, ਤੇ ਜਿਹੜੀ ਬਾਕੀ ਕਮੇਟੀ ਆ ਉਹ ਜਿਵੇਂ ਆਪਦੇ ਹਿਸਾਬ ਦੇ ਨਾਲ ਚੱਲਦੀ ਪਈ ਆ। ਜਿਵੇਂ ਹੁਣ ਚਮਕੌਰ ਸਾਹਿਬ ਵਾਲੇ ਭਾਈ ਸਾਹਿਬ, ਭਾਈ ਜਥੇਦਾਰ ਬਾਬਾ
ਰਾਜਾ ਰਾਜ ਸਿੰਘ, ਜੀ ਜਾਇਦਾਰ ਬਾਬਾ ਨਰੈਣ ਸਿੰਘ ਜੀ, ਜਿਨ੍ਹਾਂ ਦੇ ਉਹਨਾਂ ਦੇ ਭਾਈ ਧਰਮ ਸਿੰਘ ਜੀ ਅੱਜ ਇੱਥੇ ਗੱਜ ਰਹੇ ਆ। ਜੀ ਜਿਵੇਂ ਹੁਣ ਆਪਣੀਆਂ ਜਥੇਬੰਦੀਆਂ ਸਾਰੀਆਂ, ਚਾਰ ਪੰਜ ਜਥੇਬੰਦੀਆਂ ਨਿਹੰਗ ਸਿੰਘਾਂ ਦੀਆਂ ਹਨ, ਜਿਹਦੇ ਵਿੱਚ ਪੰਥ ਅਕਾਲੀ ਤਰਨਾ ਦਲ ਜਥੇਬੰਦੀ ਬਾਬਾ ਧੱਕੜ ਸਿੰਘ, ਦਾ ਜਥੇਦਾਰ ਬਾਬਾ ਪ੍ਰਗਟ ਸਿੰਘ। 1 ਸਾਲ ਤੇ 2 ਮਹੀਨੇ ਹੋ ਗਏ ਸਾਨੂੰ ਵੀ ਇੱਥੇ ਡਟਿਆਂ ਨੂੰ ਜੀ। ਜੀ 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 ਹਾਂਜੀ ਤੇ ਤੁਸੀਂ ਇਹ ਜਿਹੜੀ ਗੱਲ ਕਰਦੇ ਸੀ ਵੀ ਵਿੱਚੋਂ ਮਤਭੇਦ ਹੋ ਗਿਆ ਸੀ, ਜਿਹੜੇ ਆਗੂ ਇੱਥੋਂ ਚਲੇ ਗਏ ਸੀਗੇ, ਉਹ ਤਾਂ ਵਾਪਸੀ ਤੁਹਾਡੇ ਕੋਲ ਆ ਗਏ ਸੀ, ਫਿਰ ਚਲੇ ਗਏ? ਉਹ ਜੀ, ਫਿਰ ਉਹਨਾਂ ਦਾ ਹਜੇ ਕੋਈ ਪੂਰਾ ਬਹਿ ਕੇ ਮਸਲਾ ਹੱਲ ਨਹੀਂ ਹੋਇਆ ਜਿਹੜੇ ਢੰਗ ਨਾਲ ਹੋਣਾ ਚਾਹੀਦਾ ਸੀ, ਤੇ ਇਸ ਕਰਕੇ ਹਜੇ ਮੋਰਚੇ ਦੀ ਪੂਰੀ ਚੜ੍ਹਦੀ ਕਲਾ ਵੱਲੀ ਮੋਰਚਾ ਜਾਣ ਵਾਸਤੇ ਅਸੀਂ ਪਿੱਛੇ ਕੁਝ ਦਿਨਾਂ ਤੋਂ ਸਹਿਜ ਪਾਠ ਪ੍ਰਾਰੰਭ ਕਰਾਏ ਆਪਣੀ ਜਥੇਬੰਦੀ ਦੇ ਵਿੱਚ। ਜੀ ਉਹ ਸਹਿਜ ਪਾਠ ਦੇ 13 ਤਰੀਕ ਦਿਨ ਬੁੱਧਵਾਰ ਨੂੰ ਭੋਗ ਪੈਣੇ ਆ। ਵੱਖ ਵੱਖ ਆਗੂਆਂ ਨੂੰ ਅਸੀਂ ਬੇਨਤੀਆਂ ਕੀਤੀਆਂ ਜਥੇਬੰਦੀਆਂ ਦੀਆਂ ਨੂੰ, ਤੇ ਜੀ ਉਹਦੇ ਵਿੱਚ ਅਸੀਂ ਕੋਈ ਅੱਗੇ ਮੋਰਚੇ ਦੀ ਜਿਹੜੀ ਨਵੀਂ ਰਾਜ ਰਣਨੀਤੀ ਆ ਉਹ ਗੁਰਮੁਖੋ ਪਿਆਰਿਓ ਤਿਆਰ ਕਰਕੇ ਤੇ ਕੋਈ ਐਲਾਨ ਕਰ ਰਹੇ ਕੌਮ ਨੂੰ। ਜੀ ਹਾਂਜੀ ਇਹ ਖਾਲਸਾ ਜੀ, ਜਿਹੜਾ ਮੋਰਚੇ ਦੀਆਂ ਮੰਗਾਂ ਕੀ ਕੀ ਹੈਗੀਆਂ ਨੇ, ਜਿਹੜਾ ਕੌਮੀ ਇਨਸਾਫ ਮੋਰਚਾ ਹੈਗਾ ਚੰਡੀਗੜ੍ਹ ਦਾ? ਇਹਨਾਂ ਜੀ ਪਹਿਲੀ ਮੰਗ ਤਾਂ ਸਭ ਤੋਂ ਹੈਗੀ ਆ ਵੀ ਜਿਹੜੇ ਸਾਡੇ ਸਜਾਵਾਂ ਭੁਗਤ ਚੁੱਕੇ ਹਨ ਸਿੰਘ, ਜੀ ਬੰਦੀ ਸਿੰਘ, ਉਹਨਾਂ ਨੂੰ ਇਹ ਛੱਡ ਦੇਣਾ ਚਾਹੀਦਾ, ਹਰਿਆ ਕਰ ਦਿਓ, ਤੇ ਜੀ ਜਿਹੜੇ ਗੁਰਮੁਖੋ ਪਿਆਰੇ ਜਿਨ੍ਹਾਂ ਤੇ ਕੇਸ ਚੱਲਦੇ ਉਹ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਭੇਜ ਦਿਓ। ਜੀ ਜਿਵੇਂ ਹੁਣ ਬੜਾ ਧੱਕਾ ਆਇਆ ਭਾਈ ਅੰਮ੍ਰਿਤਪਾਲ ਵਰਗੇ ਸਿੰਘਾਂ ਦੇ ਨਾਲ, ਜੀ ਕੋਈ ਉਹਨਾਂ ਦਾ ਲੰਮਾ ਚੌੜਾ ਐਡਾ ਵੱਡਾ ਕੰਮ ਨਹੀਂ ਸੀ, ਥਾਣੇ ਦੇ ਉੱਤੇ ਇੱਕ ਜਾਣ ਦੇ ਨਾਲ ਹੀ ਸਾਡੀ ਜਿਹੜੀ ਅੱਜ ਸਮੇਂ ਦੀ ਸਰਕਾਰ ਆ ਉਹਨਾਂ ਨੇ ਇਹੋ ਜਿਹੀਆਂ ਸਖਤ ਧਾਰਾ ਲਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਵਾ, ਤੇ ਅਸੀਂ ਵੀ ਸਰਕਾਰਾਂ ਨੂੰ ਆਨੇ ਮਹਾਰਾਜ ਸਮੱਤ ਬਖਸ਼ੇ, ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਇਹ ਮੋਰਚੇ ਤੇ ਗੁਰਮੁਖੋ ਪਿਆਰਿਓ ਸਾਡੀਆਂ ਬੇਨਤੀਆਂ ਪ੍ਰਵਾਨ ਕਰਕੇ ਤੇ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਜੀ। ਖਾਲਸਾ ਜੀ, ਜਿਹੜਾ ਚੰਡੀਗੜ੍ਹ ਵਾਲਾ ਮੋਰਚਾ ਜਿੱਥੇ ਤੁਸੀਂ ਬੈਠੇ ਹੋ ਕੌਮੀ ਇਨਸਾਫ ਮੋਰਚਾ, ਹਾਂਜੀ ਇਹ ਕਦੋਂ ਤੱਕ ਚੱਲੇਗਾ? ਇਹ ਜੀ ਅਸੀਂ ਤਾਂ ਇਹਨਾਂ ਦਾ ਪੱਕਾ ਹੀ ਧਾਰਨ ਕਰ ਲਿਆ ਵੀ ਹੁਣ ਜਦੋਂ ਭਾਈ ਜਗਤਾਰ ਸਿੰਘ ਵਾਰਾ ਉਹਨਾਂ ਨੂੰ ਬੰਦੀ ਸਿੰਘ ਬਾਹਰ ਆਉਣਗੇ ਉਦੋਂ ਹੀ ਅਸੀਂ ਸੜਕਾਂ ਦੇ ਉੱਤੋਂ ਚੰਡੀਗੜ੍ਹ ਦੀਆਂ ਤੋਂ ਉੱਠਾਂਗੇ। ਉਹਨਾਂ ਚਿਰ ਸਾਡਾ ਕੋਈ ਖਿਆਲ ਨਹੀਂ ਉੱਠਣ ਦਾ ਜੇ ਸਾਡੇ ਭਰਾ ਦੁੱਖ ਭੋਗੀ ਜਾਂਦੇ ਜੇਲ੍ਹਾਂ ਦੇ ਵਿੱਚ ਬੈਠੇ, ਤੇ ਜੇ ਅਸੀਂ ਤਾਂ ਫੇਰ ਵੀ ਬਾਹਰ ਬੈਠੇ ਸੜਕਾਂ ਦੇ ਉੱਤੇ, ਤੇ ਗੁਰਮੁਖੋ ਕੌਮ ਨੂੰ ਖਿਆਲ ਕਰਨਾ ਚਾਹੀਦਾ, ਇਹ ਨਿਹੰਗ ਸਿੰਘ ਜਿਹੜੀ ਫੌਜ ਆ ਇਹ ਆਰਮੀ ਆ ਦੇਸ਼ ਦੀ, ਇਹਨਾਂ ਦਾ ਵੀ ਖਿਆਲ ਰੱਖੇ ਤੇ ਮੋਰਚਾ ਜ਼ਰੂਰ ਚੜ੍ਹਦੀ ਕਲਾ ਵੱਲੀ ਜਾਵੇਗਾ। ਜੀ ਤੇ ਠੀਕ ਹੈ ਆਪਣੇ ਖਾਲਸਾ ਜੀ, ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੀ, ਹਾਂਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਹਾਂਜੀ, ਪੰਜਾਬ ਹਾਂਜੀ ਹਾਂਜੀ ਜੀ ਦੇ ਚੈਨਲ ਦਾ ਜੀ, ਲੋਕ ਟੀਵੀ ਚੈਨਲ ਆ, ਭਾਈ ਨਿਸ਼ਾਨ ਸਿੰਘ ਜੀ ਦਾ ਵੀ ਧੰਨਵਾਦ, ਜਿਹੜੇ ਦੇਸ਼ਾਂ ਵਿਦੇਸ਼ਾਂ ਤੱਕ ਤੇ ਸਾਡੀ ਇਹ ਆਵਾਜ਼ ਪਹੁੰਚਾਉਂਦੇ ਆ ਜਿਹੜੀ ਸੱਚ ਦੀ ਆਵਾਜ਼ ਨੂੰ, ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਚੈਨਲ ਦਾ ਵੀ ਜੀ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਸਾ ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ ਜੀ।